ਜੈਤੋ ਵਿੱਚ ਵਿਦਿਆਰਥੀ ਧਰਨੇ ਵਿੱਚ ਆਪਣੀ ਗੋਲੀ ਦਾ ਹੀ ਸ਼ਿਕਾਰ ਹੋਏ ਡੀਐਸਪੀ ਬਲਜਿੰਦਰ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਪਟਿਆਲਾ ਵਿਖੇ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਪਹੁੰਚੇ। ਸੁਰੇਸ਼ ਅਰੋੜਾ ਤੋਂ ਇਲਾਵਾ ਰਾਜਨੀਤਿਕ ਆਗੂ ਡੀਐਸਪੀ ਬਲਜਿੰਦਰ ਸਿੰਘ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣਾ ਹੈ। ਇਸ ਮੌਕੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਬਹੁਤ ਮਾੜਾ ਹੋਇਆ। ਉਹ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਦੇ ਨਾਲ ਖੜੇ ਨੇ। ਇਹ ਪਰਿਵਾਰ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਜੋ ਕੁਝ ਵੀ ਕਰ ਸਕੇ ਜ਼ਰੂਰ ਕਰਨਗੇ। ਸਰ ਪੁਲਿਸ ਰਿਪੋਰਟ 'ਚ ਆਇਆ ਸਰ ਕਿ ਉਹ ਸੁਸਾਈਡ ਹੋਇਆ ਸੀਗਾ ਅਤੇ ਪਰਿਵਾਰ ਮੰਨਣ ਨੂੰ ਤਿਆਰ ਨਹੀਂ ਹੈ। ਪਰਿਵਾਰ ਕਹਿ ਰਹੇ ਵੀ ਸੁਸਾਈਡ ਨਹੀਂ ਕਰ ਸਕਦੇ ਸੀ, ਵੀ ਇੱਕ ਹਾਦਸਾ ਜ਼ਰੂਰ ਹੋ ਸਕਦਾ ਸਰ। ਇਸ ਦੇ ਨਾਲ ਹੀ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਵੀ ਪਹੁੰਚੇ ਅਤੇ ਉਹਨਾਂ ਨੇ ਸਰਕਾਰ ਵੱਲੋਂ ਹਰ ਮਦਦ ਦੇਣ ਦਾ ਭਰੋਸਾ ਜਤਾਇਆ। ਘਟਨਾ ਹੋਈ ਹੈ, ਬੜਾ ਪਰਮਾਤਮਾ ਦੀ ਅਣਹੋਣੀ ਹੋਈ ਹੈ। ਇਸ ਸਮੇਂ ਅਸਤਾਂ ਹੀ ਕਹਿ ਸਕਦੇ ਹਾਂ ਕਿ ਸਾਡਾ ਸਾਰੀ ਪਾਰਟੀ, ਸਾਡੀ ਸਾਰੀ ਸਰਕਾਰ ਇਹਨਾਂ ਦੇ ਨਾਲ ਦੁੱਖ ਦੇ ਵਿੱਚ ਸ਼ਾਮਲ ਹੈ ਅਤੇ ਜੋ ਵੀ ਗੌਰਮੈਂਟ ਵੱਲੋਂ ਬਣ ਸਕੋ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰ ਲਈ ਕੀਤਾ ਜਾਵੇ। ਕੱਲ੍ਹ ਅਰੁਣ ਜੇਟਲੀ ਵੱਲੋਂ ਸੰਸਦ ਭਵਨ ਦੇ ਵਿੱਚ ਬਜਟ ਪੇਸ਼ ਕੀਤਾ ਜਾਣਾ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਪੰਜਾਬ ਦੇ ਕੰਢੀ ਅਤੇ ਬਾਰਡਰ ਦੇ ਇਲਾਕਿਆਂ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ, ਜਿਸ ਨੂੰ ਲੈ ਕੇ ਉਹ ਖੁਦ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਵੀ ਮਿਲੇ ਸਨ। ਉਹ ਅੱਜ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਨੂੰ ਲੈ ਕੇ ਹੁਸ਼ਿਆਰਪੁਰ ਦੇ ਖੁਰਾਲਗੜ੍ਹ ਵਿੱਚ ਰਾਜ ਪੱਧਰ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਮੌਕੇ ਉਹਨਾਂ ਨੇ ਸਾਰਿਆਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੀਆਂ ਮੁਬਾਰਕਬਾਦ ਵੀ ਦਿੱਤੀਆਂ। ਬੜੀ ਆਸ ਕੀ ਨਿਗਾਹ ਸੇ ਪੰਜਾਬ ਕੇ ਲੋਕ ਯੂਨੀਅਨ ਬਜਟ ਕੀ ਇੰਤਜ਼ਾਰ ਕਰ ਰਹੇ ਹੈ। ਤੋ ਕੁਛ ਹਫਤੇ ਪਹਿਲੇ ਮੇਰੀ ਮੁਲਾਕਾਤ ਹੋਈ ਥੀ ਯੂਨੀਅਨ ਫਾਈਨੈਂਸ ਮਿਨਿਸਟਰ ਸਾਹਿਬ ਸੇ, ਤੋ ਦੋ ਤਿੰਨ ਬੜੇ ਮਸਲੇ ਥੇ। ਇੱਕ ਤੋ ਮਸਲਾ ਹੈ ਪੰਜਾਬ ਕੇ ਜੋ ਬਾਰਡਰ ਕਾ ਇਲਾਕਾ ਹੈ ਔਰ ਇੱਕ ਕੰਢੀ ਕਾ ਇਲਾਕਾ ਹੈ, ਇਹ ਦੋ ਇਲਾਕੇ ਜੋ ਹੈ ਪਸਮਾਨਦਾ ਹੈ, ਪਿਛੜ ਗਏ ਹੈ। ਸੋ ਇਨਕੇ ਲਈ ਹਮਨੇ ਕਿਹਾ ਤਾ ਕਿ ਜਿਤਨੀ ਵੀ ਸੈਂਟਰ ਕੀ ਸਕੀਮਸ ਹੈ, ਚਾਹੇ ਬਾਰਡਰ ਏਰੀਆ ਡਿਵੈਲਪਮੈਂਟ ਸਕੀਮਸ ਹੈ ਜਾਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਕੀ ਸਕੀਮਸ ਹੈ, ਉਹ 60-40 ਕੇ ਰੇਸ਼ੋ ਪੇ ਚੱਲ ਰਹੀ ਹੈ। ਤੋ ਅਗਰ ਇਹ 90-10 ਕੀ ਹੋ ਜਾਏ ਤੋ ਇਹ ਹਮ ਦੋ ਇਲਾਕੋ ਕੋ, ਬਾਰਡਰ ਕੇ ਇਲਾਕੇ ਕੋ ਔਰ ਕੰਢੀ ਕੇ ਇਲਾਕੇ ਕੋ, ਇਹ ਪੈਰੋਂ ਪੇ ਖੜੇ ਕਰਨੇ ਕੀ ਹਮ ਹਮਾਰੀ ਕੋਸ਼ਿਸ਼ ਔਰ ਕਾਬਿਸ਼ ਜੋ ਹੈ ਵੋ ਕਾਮਯਾਬ ਹੋ ਜਾਏਗੀ। ਪੰਜਾਬ ਨੇ ਇਹ ਵੀ ਮੁਤਾਲਬਾ ਕੀਆ ਹੈ ਕਿ ਜੋ ਇਨਕਮ ਟੈਕਸ ਲੱਗਤਾ ਹੈ, ਇਨਕਮ ਟੈਕਸ ਮੇ ਅਗਰ ਆਧੇ ਪਰਸੈਂਟ ਕੀ ਸ਼ਰ੍ਹਾ ਮੇ ਇਜ਼ਾਫਾ ਹੋ ਜਾਏ ਤਕਰੀਬਨ 50,000 ਕਰੋੜ ਜੋ ਹੈ ਵੋ ਇਕੱਠਾ ਹੋਗਾ ਔਰ 50,000 ਕਰੋੜ ਜੋ ਹੈ ਵੋ ਇਨ ਕਿਸਾਨੋਂ ਕੋ ਜੋ ਆਤਮ ਹੱਤਿਆ ਕਰ ਰਹੇ ਹੈ ਜਾਂ ਜਿਨਕੀ ਇਹ ਨੌਬਤ ਆ ਗਈ ਹੈ ਕਿ ਵੋ ਖੁਸ਼ਹਾਲ ਕਿਸਾਨ ਨਹੀਂ ਹੈ, ਉਨਕੀ ਜੋ ਡਿਸਟ੍ਰੈਸ ਕਿਸਾਨ ਹੈ ਉਸਕੇ ਲਈ ਅਗਰ ਦੇ ਸਕੇ ਤੋ ਇਹ ਇੱਕ ਮੁਝੇ ਆਸ ਹੈ ਕਿ ਅਗਰ ਵੋ 0.5% ਇਨਕਮ ਟੈਕਸ ਕੀ ਸਲੈਬ ਮੇਂ ਇਜ਼ਾਫਾ ਕਰ ਦੇ ਤੋ ਇਸਸੇ ਪੰਜਾਬ ਕੇ ਕਿਸਾਨ ਕੋ ਕਾਫੀ ਫਾਇਦਾ ਹੋਣੇ ਵਾਲਾ ਹੈ। ਪੰਜਾਬ ਕੀ ਜੋ ਇੰਡਸਟਰੀ ਹੈ ਆਰਥਿਕ ਮੰਦੀ ਕਾ ਸ਼ਿਕਾਰ ਹੋ ਰਹੀ ਹੈ ਔਰ ਉਸਕੇ ਲਈ ਵੀ ਕੋਈ ਆਸ ਰੱਖਤੇ ਹੈ ਕਿ ਉਸਕੇ ਲਈ ਵੀ ਕੋਈ ਸਭ ਜੋ ਪਿਛਲੇ ਇੱਕ ਸਾਲ ਮੇਂ ਦੋ ਧਜਕੇ ਲਗੇ ਹੈ, ਇੱਕ ਤੋ GST ਕਾ ਔਰ ਦੂਸਰਾ ਨੋਟਬੰਦੀ ਕਾ, ਤੋ ਉਸਨੇ ਪੰਜਾਬ ਕੀ ਇੰਡਸਟਰੀ ਕੋ ਕਾਫੀ ਮੁਤਾਸਿਰ ਕੀਆ ਹੈ। ਅਬ ਦਰੁਸਤੀ ਕੀ ਤਰਫ ਤੋ ਸ਼ਾਇਦ ਕੋਸ਼ਿਸ਼ ਕਰ ਰਹੇ ਹੈ, ਪਰ ਜਹਾਂ ਤੱਕ ਪੰਜਾਬ ਸਰਕਾਰ ਕੀ ਹੈਸੀਅਤ ਔਰ ਔਕਾਤ ਹੈ ਤੋ ਹਮਨੇ ਇੰਡਸਟਰੀ ਕੇ ਲੀਏ ਜੋ ਪਾਵਰ ਹੈ ਉਸਕੋ 7.60 ਰੁਪਏ ਸੇ ਕਮ ਕਰਕੇ 5 ਰੁਪਏ ਪਰ ਯੂਨਿਟ ਕਰੀ ਹੈ ਔਰ ਇਹ ਵੀ ਵਾਅਦਾ ਹੈ ਕਿ ਅਗਲੇ 5 ਸਾਲ ਇਸਕੋ 5 ਪੇ ਹੀ ਰਹਿਣੇ ਦੇਂਗੇ। ਗੈਂਗਸਟਰ ਵਿੱਕੀ ਗੋਂਡਰ ਦੇ ਐਨਕਾਊਂਟਰ ਤੋਂ ਬਾਅਦ ਫੇਸਬੁੱਕ ਉੱਤੇ ਪੁਲਿਸ ਨੂੰ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਸ਼ੇਰਾ ਖੁੰਬਣ ਗਰੁੱਪ ਦੇ 3 ਗੈਂਗਸਟਰਾਂ ਨੂੰ ਜਲੰਧਰ ਦਿਹਾਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਕੋਲੋਂ 6 ਪਿਸਤੌਲਾਂ ਅਤੇ 500 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ। ਫੜੇ ਗਏ ਆਰੋਪੀਆਂ ਦੀ ਪਹਿਚਾਣ ਤਲਵੰਡੀ ਖੁਰਦ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਗੋਪੀ, ਜ਼ੀਰੇ ਦੇ ਕਾਰਜਪਾਲ ਸਿੰਘ, ਬਡਾਲੇ ਦੇ ਗੁਰਜੀਤ ਸਿੰਘ ਦੇ ਰੂਪ ਵਿੱਚ ਹੋਈ। ਪੁਲਿਸ ਨੂੰ ਇਹਨਾਂ ਦੇ 4 ਸਾਥੀ ਗੱਲ ਖੁਰਦ ਦੇ ਕਰਤਾਰ ਸਿੰਘ, ਮੱਲਿਆਵਾਲਾ ਦੇ ਗੁਰਿੰਦਰ ਸਿੰਘ,
जीरे दे डेविड रूबी अते लुधियाना दे सत्ती दी तलाश है। जलंधर जोनल दो दे आईजी अर्पित शुक्ला ने दस्या कि गोंडर दे एनकाउंटर तो बाद गोपी लगातार पुलिस नूं धमकियां दे रहा सी। गोपी ने शेरा खुम्मण नाम वालों फेसबुक पेज बनाया होया अते उत्थे ही उसने पुलिस नूं मारन दी धमकी दित्ती सी। आई जी ने कहा कि इन्हां दे बाकी साथियों की गिरफ्तारी लई भी टीमां वालों रेड की जा रही है। पिछले दिन जिहड़ा एनकाउंटर होया जिहदे विच तीन गैंगस्टर मारे गए विक्की गोंडर और उसके साथी, उसके बाद सोशल मीडिया से कुछ इस तरह की ऑब्जेक्शनेबल और इनफ्लेमेबल मटीरियल पोस्ट किया जा रहा है जो कि बहुत ही ऑब्जेक्शनेबल से और लुधियाना देहाती की पुलिस ने SSP मिस्टर सुरजीत सिंह के अंडर एक टीम गठित की और इन्होंने बड़े अच्छी कार कम करदिया हो जिहड़े इन्हां दे अक्यूज़ सी उह सारे आइडेंटिफाई किए उन्हां दे खिलाफ़ परचा दर्ज किया है और इन्होंने वड्डी सफलता मिली जदों इन्हां अक्यूज़ दे विचों तीन मेन अक्यूज़ जिहड़े इह सोशल मीडिया और एक बैकबोन सीगे इह सारे इन्हां गैंगस्टर्स दे इन्हां नूं हैल्प करना इन्हां दे पैसे इन्हां नूं पहुँचाने इन्हां दा समान पहुँचाना इधर तो उधर उन्हां तीन व्यक्तियों नूं गिरफ़्तार किया। एक दा नाम है गुरप्रीत सिंह गोपी, दूसरा है कारजपाल सिंह सनफ बलविंदर सिंह और तीसरा है गुरजीत सिंह। इन्हां तिन्हां नूं पुलिस ने गिरफ़्तार किया। इन्हां कोलों 6 वेपन्स और नारकोटिक्स भी रिकवर हुए हैं। मैं तुहाडे राहीं एक अपील करना चाहना लोगों कि सोशल मीडिया एक बड़ी अच्छी चीज़ है लेकिन इसके कुछ नुकसान भी हैं। जे अपने जिहड़े यूथ है इसनूं इस तरह प्रेरित करो कि एक गलत पासे नूं ना तुरो। ये जिहड़ी पंजाब की इन्नी चंगी विरासत है इन्ना इन्ना चंगा साडा माहौल है इसनूं बिगाड़न की कोशिश ना करो क्योंकि ये कुछ गैंगस्टर्स की कोशिश होंदी है कि सोशल मीडिया राही इन्हां इन्हां यूथ नूं अट्रैक्ट करके इन्हां नूं उस पासे नूं तोरन और एक बारी जदों साडा यूथ उस पासे तुर जांदा है फिर वह गुनाह के दलदल के फंसता चला जाता है। और साडी अपील है कि जिहड़े भी साडे बच्चे इस पासे नूं गए है। देश भर में गुरु रविदास जी महाराज का 641वां प्रकाश दिहाड़ा बड़ी ही श्रद्धा पूर्वक मनाया जा रहा है। उत्थे रियासती शहर नाभा विखे भी गुरु रविदास जी के प्रकाश दिहाड़े मौके पंजाब के कैबिनेट मंत्री साधु सिंह धर्मसोद ने भी शिरकत की अते गुरु जी के प्रकाश दिहाड़े की विदाई दी। मीडिया के एक सवाल कि सुखबीर बादल 7 फरवरी नूं पंजाब सरकार खिलाफ़ पोल खोल रैली करन जा रहा उत्ते बोलते हुए धर्मसोद ने कहा कि 100 चूहे खा के बिल्ली हुण हज नूं चली। सुखबीर ने धक्के नाल टाबियां ट्रांसपोर्ट ठेके रूट परमिटां ते कब्जे किते अते मजीठिए ने पंजाब दी नौजवान पीढ़ी नूं नशियां विच गर्क किया। सुखबीर नूं लोक 7 पीढ़ियां तक माफ़ नहीं करनगे। सुखबीर बादल 100 चूहे खा के बिल्ली हज नूं चली है। 10 साल पंजाब नूं लुट के कुट के धक्के नाल ढाबे खोण वाले धक्के नाल ठेके खोण वाले धक्के नाल रूट परमिट खोण वाले लोगों ते तशद्दुद करन वाले जिन्हां दा सारा रिश्तेदार कारोबारां च लग्गिया रहा नौजवानी नूं तबाह करन ਉਹਦਾ ਸਾਲੇ ਨੂੰ ਜਾਣਦੇ ਨੇ ਸਾਰੀ ਦੁਨੀਆ ਕੀ ਨਾ ਉਹ ਮਜੀਠੀਆ ਫਿਰ ਉਹ ਕਾਹਦੀ ਪੋਲ ਖੋਲਣਗੇ ਉਹ ਆਪਣੇ ਆਪ ਨੂੰ ਬਚਾ ਲੈਣ ਇਸ ਕਰਕੇ ਲੋਕ ਉਹਨਾਂ ਨੂੰ ਮਾਫ਼ ਨਹੀਂ ਕਰਦੇ 7 ਸਦੀਆਂ 7 ਪੀੜ੍ਹੀਆਂ ਮਾਫ਼ ਨਹੀਂ ਕਰਦੇ ਸੁਖਬੀਰ ਬਾਦਲ ਸਾਹਿਬ ਤੁਹਾਨੂੰ ਲੋਕ ਮਾਫ਼ ਨਹੀਂ ਕਰਦੇ ਤੁਸੀਂ ਪੂਲ ਕਿਹਦੀ ਖੋਲੋਗੇ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕਰਨ ਦੇ ਮਾਮਲੇ 'ਤੇ ਧਰਮਸੋਦ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ BJP ਅਤੇ ਅਕਾਲੀ ਦਲ ਨੇ ਰਾਜ ਦੌਰਾਨ 2,31,000 ਕਰੋੜ ਦਾ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ। ਇਹ ਨਲਾਇਕੀ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਹੈ। ਧਰਮਸੋਦ ਨੇ ਕੇਂਦਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਬਜਟ ਦੌਰਾਨ ਪੰਜਾਬ ਨੂੰ ਫਿਰ ਤੋਂ ਵਸਾਉਣ ਲਈ ਪੰਜਾਬ ਦੀ ਕਿਸਾਨੀ ਇੰਡਸਟਰੀ ਵਾਸਤੇ ਪੰਜਾਬ ਨੂੰ ਪੈਕੇਜ ਦੇਵੇ। ਕੇਂਦਰ ਨੂੰ ਮੰਗ ਇਹੀ ਸਰਕਾਰ ਕਰਦੀ ਹੈ ਕਿ BJP ਅਤੇ ਅਕਾਲੀ ਦਲ ਦੀ ਸਾਂਝੀ ਸਰਕਾਰ 10 ਸਾਲ 'ਚ 2,31,000 ਕਰੋੜ ਦੇ ਨੇੜੇ ਤੇੜੇ ਕਰਜ਼ਾਈ ਕਰ ਗਏ ਨੇ ਔਰ ਨਲਾਇਕੀ ਕੇਂਦਰ ਦੇ ਬੰਦਿਆਂ ਦੀ ਜਿਹੜੇ BJP ਵਾਲਿਆਂ ਦੇ ਬਾਦਲਾਂ ਦੀ ਸਾਂਝੀ ਸੀ। ਇਸ ਕਰਕੇ ਪੰਜਾਬ ਨੂੰ ਵਸਾਉਣ ਵਾਸਤੇ ਪੰਜਾਬ ਦੀ ਕਿਸਾਨੀ ਵਾਸਤੇ ਪੰਜਾਬ ਦੀ ਇੰਡਸਟਰੀ ਵਾਸਤੇ ਕੋਈ ਨਾ ਕੋਈ ਪੰਜਾਬ ਨੂੰ ਪੈਕੇਜ ਦੇਣਾ ਚਾਹੀਦਾ।
ਪੰਜਾਬ ਵਿੱਚ ਕਿਸਾਨਾਂ ਦੀਆਂ ਆਤਮ ਹੱਤਿਆ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ, ਜਿਹਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਗੁਰਦਾਸਪੁਰ ਦੇ ਪਿੰਡ ਘੁੰਮਣ ਕਲਾਂ ਵਿੱਚ, ਜਿੱਥੇ 21 ਸਾਲਾ ਨੌਜਵਾਨ ਕਿਸਾਨ ਹਰਜੀਤ ਸਿੰਘ ਨੇ ਆਰਥਿਕ ਤੰਗੀ ਦੇ ਚਲਦੇ ਮੌਤ ਨੂੰ ਗਲੇ ਲਗਾ ਲਿਆ। ਦੱਸਿਆ ਜਾ ਰਿਹਾ ਕਿ ਮ੍ਰਿਤਕ ਕਿਸਾਨ ਦਾ ਵਿਆਹ 1 ਮਹੀਨਾ ਪਹਿਲਾਂ ਹੀ ਹੋਇਆ ਸੀ। ਪਰਿਵਾਰ ਵਾਲਿਆਂ ਦੇ ਅਨੁਸਾਰ ਮ੍ਰਿਤਕ ਨੌਜਵਾਨ ਹਰਜੀਤ ਸਿੰਘ ਉੱਪਰ 4 ਲੱਖ ਰੁਪਏ ਦਾ ਕਰਜ਼ਾ ਸੀ, ਜੋ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਇਸਨੇ ਵਾਪਸ ਕਰ ਦਿੱਤਾ ਸੀ, ਲੇਕਿਨ ਘਰ ਦੀ ਲਗਾਤਾਰ ਆਰਥਿਕ ਹਾਲਤ ਵਿਗੜਦੀ ਵੇਖ ਅਤੇ ਪੈਸੇ ਵਾਪਸ ਦੇਣ ਦੀ ਚਿੰਤਾ ਉਸਨੂੰ ਹਮੇਸ਼ਾ ਹੀ ਸਤਾਉਂਦੀ ਸੀ, ਜਿਸ ਕਾਰਨ ਉਸਨੇ ਮੌਤ ਨੂੰ ਗਲੇ ਲਗਾ ਲਿਆ। ਭਾਅ ਜੀ, ਕੋਈ ਖਾਸ ਗੱਲ ਨਹੀਂ ਹੈਗੀ, ਪਿਛਲੇ ਸਾਲ ਕੋਈ 1.5 ਸਾਲ ਹੋ ਗਿਆ ਇਹਨਾਂ ਦੀ ਮੰਮੀ ਡੈਡੀ ਪੂਰੇ ਹੋ ਗਏ ਸੀਗੇ, ਅਤੇ ਜਿਹੜਾ ਕੋਈ ਇਹਨਾਂ ਦੇ ਲੋਨ ਆਨ ਸੀਗਾ ਸਾਰੇ ਭੈਣ ਭਰਾਵਾਂ ਰਲ ਕੇ ਲਾ ਦਿੱਤਾ ਸੀਗਾ, ਅਤੇ ਜ਼ਮੀਨ ਥੋੜ੍ਹੀ ਸੀਗੀ, ਕੰਮ ਕਾਰ ਨਹੀਂ ਸੀ ਹੈਗਾ ਕੋਈ, ਇੱਕ ਮੈਰਿਜ ਹੋ ਗਈ, ਮੈਰਿਜ 'ਤੇ ਚਲੋ ਰੋਟੀ ਪਾਣੀ ਭਾਅ ਦੀ ਘਰ ਕੀਤਾ, ਕੋਈ ਘਰ 'ਚ ਰੋਟੀ ਬਣਾਉਣ ਵਾਲਾ ਨਹੀਂ ਹੈਗਾ। ਆਰਥਿਕ ਤੰਗੀ ਲਾ ਸਕਦੇ ਜੀ, ਕਿਸੇ ਹੋਰ ਭੈਣ ਭਰਾ ਦਾ ਕੋਈ ਦੇਣ ਵਾਲਾ ਹੋਏਗਾ ਪੈਸਾ ਤੇ ਲਾ, ਉਹਦੇ ਕਰਕੇ ਇਸ ਲਈ ਉਹਨੇ ਆਤਮ ਹੱਤਿਆ ਕਰ ਲਈ। ਕੋਈ ਇਹਦੇ ਵਿੱਚ ਕੋਈ ਪਰਿਵਾਰ ਦਾ ਜਾਂ ਕਿਸੇ ਦਾ ਕੋਈ ਦੋਸ਼ ਲਾਉਣ ਵਾਲੀ ਕੋਈ ਚੱਕਰ ਨਹੀਂ ਹੈਗਾ। ਹਾਂਜੀ, ਹੋ ਸਕਦਾ ਥੋੜ੍ਹਾ ਬਹੁਤ ਜਿਹਨਾਂ ਦੇ ਦੇਣ ਵਾਲੇ ਪੈਸੇ, ਉਹਨਾਂ ਦੀ ਟੈਨਸ਼ਨ ਤਾਂ ਹੁੰਦੀ ਹੈ ਜੀ, ਆਪਾਂ ਕਿਸੇ ਦੇ ਦੇਣੇ ਹੋਣ। ਗਰੀਬ ਹੋਣ ਕਰਕੇ ਅਸੀਂ ਤਾਂ ਸਰਕਾਰ ਕੋਲ ਇਹੋ ਮੰਗ ਕਰਦੇ ਹਾਂ ਕਿ ਜੇ ਇਹਨਾਂ ਨੂੰ ਕੋਈ ਆਰਥਿਕ ਸਹਾਇਤਾ ਦੇ ਸਕਦੀ ਹੈ, ਕੋਈ ਜੋਬ ਦੇ ਸਕਦੀ ਹੈ, ਕੋਈ ਕੰਮ ਦੇ ਸਕਦੀ ਹੈ ਤਾਂ ਦੇਵੇ। ਇਹੀ ਚੀਜ਼ ਚਾਹੁੰਦੇ ਹਾਂ, ਸਰਕਾਰ ਕੁਝ ਇਹਨਾਂ ਦੀ ਮਦਦ ਕਰਦੇ, ਪਰਿਵਾਰ ਗਰੀਬ ਆ, ਰੋਟੀ ਪਾਣੀ ਉਹਨਾਂ ਦਾ ਚੱਲਦਾ ਰਹੂਗਾ। ਪੁਲਿਸ ਨੇ ਮ੍ਰਿਤਕ ਹਰਜੀਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਮਰ ਇਹਦੀ ਕਰੀਬ 21 ਸਾਲ ਹੈ। ਇਹਨੇ ਕੱਲ੍ਹ ਸ਼ਾਮ ਨੂੰ 6 ਵਜੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਇਹਨੇ ਪੱਕੇ ਨਾਲ ਲੜਕੇ ਬਾਹਰ ਆ ਗਿਆ, ਜਿਹਦੇ ਅਸੀਂ ਮੌਕੇ 'ਤੇ ਗਏ ਹਾਂ ਅਤੇ ਵੇਖਿਆ ਸਾਰਾ, ਫੋਟੋਗ੍ਰਾਫੀ ਕੀਤੀ ਹੈ, ਅਤੇ ਆਮ ਲੋਕਾਂ ਕੋਲ, ਇਹਨਾਂ ਦੇ ਰਿਸ਼ਤੇਦਾਰਾਂ ਕੋਲ, ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਇਹਨੇ ਮਾਨਸਿਕ ਤਣਾਅ ਸੀ, ਇਹਨੂੰ ਕਰਜ਼ਾ ਦੂਜਾ ਇਹਦਾ ਲੋਨ ਸੀ, ਉਸੇ ਕਰਕੇ ਇਹਨੇ ਸੁਸਾਈਡ ਕੀਤੀ। ਬਾਕੀ ਫਿਰ ਵੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ 176, ਅਤੇ ਜੋ ਵੀ ਪੋਸਟਮਾਰਟਮ ਤੋਂ ਬਾਅਦ ਹਾਲਾਤ ਸਾਹਮਣੇ ਆਏ ਤੁਹਾਨੂੰ ਦੱਸਿਆ। ਖੇਤੀਬਾੜੀ ਦਾ ਹੀ ਕੰਮ ਕਰਦਾ ਸੀ, ਅਤੇ ਮੈਰਿਡ ਸੀ ਜਿਹੜੀ, ਹਾਲੀ 1 ਮਹੀਨਾ ਪਹਿਲਾਂ ਵਿਆਹ ਹੋਇਆ ਸੀ, ਅਤੇ ਵਾਈਫ ਵੀ ਇਹਦੀ ਨਾਲ। ਪਠਾਨਕੋਟ ਵਿੱਚ ਕ੍ਰੈਸ਼ਰ ਮਾਲਕ ਅਤੇ ਪਿੰਡ ਵਾਲਿਆਂ ਵਿਚਕਾਰ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਹੁਣ ਇਸਨੇ ਹਿੰਸਕ ਰੂਪ ਵੀ ਧਾਰਨ ਕਰ ਲਿਆ। ਪਿੰਡ ਵਾਲਿਆਂ ਦਾ ਆਰੋਪ ਹੈ ਕਿ ਕ੍ਰੈਸ਼ਰ ਮਾਲਕਾਂ ਨੇ ਉਹਨਾਂ ਖਿਲਾਫ ਆਵਾਜ਼ ਉਠਾਉਣ ਵਾਲੇ RTI ਐਕਸਪਰਟ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਖਮੀ ਨੇ ਦੱਸਿਆ ਕਿ ਉਹਨਾਂ ਨੇ ਇਲੀਗਲ ਕੰਮ ਕਰਨ ਤੋਂ ਜਦੋਂ ਰੋਕਿਆ ਤਾਂ ਕ੍ਰੈਸ਼ਰ ਮਾਲਕਾਂ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ। ਕਿਉਂ ਕਰ ਰਹੇ ਹੋ, ਕਿਉਂ ਨਹੀਂ ਕਰ ਰਹੇ ਹੋ? ਉੱਥੋਂ ਇਹਨਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਟਪਾਉਣੀਆਂ ਸ਼ੁਰੂ ਕਰਤੀਆਂ, ਇਹ ਸੋਚਦੇ ਕਿ ਸਾਡੇ ਖਾਤਰ ਲੜਾਈ ਕੀਤੀ, ਜਦਕਿ ਇਹ ਲੜਾਈ ਸਾਰੇ ਕ੍ਰੈਸ਼ਰਾਂ ਖਾਤਰ ਲੜਾਈ ਕਰਦੇ ਹੈ। ਬਸ ਭਾਅ ਜੀ, ਇਹ ਗੱਲ ਹੋਈ। ਜ਼ਖਮੀ RTI ਐਕਸਪਰਟ ਦੀ ਹਾਲਤ ਬਾਰੇ ਜਾਣਕਾਰੀ ਲੈਣ ਲਈ ਹਲਕਾ ਵਿਧਾਇਕ ਰੀਤਾ ਧੀਮਾਨ ਪਹੁੰਚੀ, ਜਿਸ ਨੇ ਕਿਹਾ ਕਿ ਪਿੰਡ ਵਾਲਿਆਂ ਅਤੇ ਕ੍ਰੈਸ਼ਰ ਵਾਲਿਆਂ ਵਿਚਕਾਰ ਝਗੜਾ ਚੱਲ ਰਿਹਾ ਹੈ, ਲੇਕਿਨ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ। ਜਿਸਨੇ ਵੀ ਕਾਨੂੰਨ ਦਾ ਉਲੰਘਨ ਕੀਆ ਹੈ, ਉਸਕੇ ਖਿਲਾਫ ਸਖਤ ਸੇ ਸਖਤ ਕਾਰਵਾਈ ਕੀ ਜਾਏ, ਤਾਂ ਕਿ ਆਗੇ ਆਉਣ ਵਾਲੇ ਸਮੇਂ ਮੈਂ ਲੋਕੋਂ ਕੋ ਸਬਕ ਮਿਲੇ, ਐਸੇ ਕਿ ਸ਼ਰੀਫ ਲੋਕੋਂ ਕੋ ਐਸੇ ਉਠਾ ਕਰ ਮਾਰੀ ਜਾ ਰਹੇ ਹੈ, ਇਹ ਪਿੱਟ ਜਾ ਰਹੇ ਹੈ, ਇਹ ਗਲਤ ਹੈ, ਕਾਨੂੰਨ ਕਾ ਉਲੰਘਨ ਹੈ, ਐਸਾ ਨਹੀਂ ਹੋਣਾ ਚਾਹੀਦਾ। ਝਗੜਾ ਕਿਆ ਥਾ ਇਨਕਾ? ਕ੍ਰੈਸ਼ਰ ਕਾ ਵਿਸ਼ੇ ਹੈ ਜੀ, ਔਰ ਇਹ ਲੋਕ ਜ਼ਬਰਦਸਤੀ ਰਾਸਤਾ ਨਿਕਾਲਣਾ ਚਾਹਤੇ ਹੈ, ਵਹਾਂ ਰਾਸਤਾ ਹੈ ਨਹੀਂ ਹੈ, ਵਹਾਂ ਔਰ ਜ਼ਬਰਦਸਤੀ ਵਹਾਂ ਸੇ ਗਾੜੀਆਂ ਨਿਕਾਲਤੇ ਹੈ, ਇਹ ਲੋਕ ਆਮ ਲੋਕ ਜੋ ਪੰਚਾਇਤ ਕੇ ਲੋਕ ਹੈ, ਆਮ ਜਨਤਾ, ਉਹ ਰੋਕਤੀ ਹੈ, ਤਾਂ ਉਹ ਮਾਰਪੀਟ ਕਰਤੇ ਹੈ। ਪੁਲਿਸ ਅਧਿਕਾਰੀ ਦੇ ਅਨੁਸਾਰ ਉਹਨਾਂ ਨੂੰ ਲੋਕਾਂ ਨੇ ਦੱਸਿਆ ਕਿ ਕ੍ਰੈਸ਼ਰ ਮਾਲਕਾਂ ਨੇ RTI ਐਕਸਪਰਟ ਦੀ ਮਾਰਕੁੱਟ ਕੀਤੀ, ਜਿਸ ਦੀ ਉਹ ਜਾਂਚ ਕਰ ਰਹੇ ਨੇ। ਲੜਾਈ ਹੁੰਦੀ ਹੈ ਸਾਡੇ ਚੌਂਕੀ ਚਾਰਜ ਉੱਥੇ ਗਏ ਮੌਕੇ 'ਤੇ, ਇਹ ਬੰਦਾ ਉੱਥੇ ਸੜਕ 'ਤੇ ਪਿਆ ਸੀ, ਪੂਰਨ ਚੰਦ ਸ਼ਰਮਾ, ਇਹਨੂੰ ਪੁੱਛਿਆ ਕੀ ਗੱਲ ਹੋਈ ਹੈ, ਕਹਿੰਦਾ ਵੀ ਮੇਰਾ ਐਕਸੀਡੈਂਟ ਹੋ ਗਿਆ ਅਤੇ ਮੈਂ ਐਕਟਿਵਾ ਤੋਂ ਡਿੱਗਿਆ, ਮੇਰੇ ਤਾਂ ਸੱਟਾਂ ਲੱਗੀਆਂ। ਇੱਕ ਲਾਗੇ ਬੰਦਾ ਹੋਰ ਆਇਆ, ਉਹ ਕਹਿੰਦਾ ਵੀ ਨਹੀਂ, ਸਾਡੀ ਲੜਾਈ ਹੋਈ, ਉਹਦੇ ਸੱਟਾਂ ਲੱਗੀਆਂ। ਅਸੀਂ ਦੋਵਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਸਟਾਫ ਸਾਹਿਬ ਪੁੱਛਿਆ, ਅਸੀਂ ਸਾਨੂੰ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਲਿਖਾਈ, ਕੋਈ ਸਟੇਟਮੈਂਟ ਲਿਖਾਉਂਦਾ ਜਦੋਂ ਸਾਹਿਬ ਜੋ ਬੰਦੇ ਕਰ ਦਿੱਤੇ। ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ ਤਹਿਸੀਲ ਦੇ ਪਿੰਡ ਹੱਡਾਵਾਲੀ ਵਿੱਚ ਬਣੇ ਡੇਰੇ ਬਾਬਾ ਦੁੱਧ ਚੰਦ ਦੇ ਮੁੱਖ ਸੇਵਕ ਵੱਲੋਂ ਕੁਝ ਲੋਕਾਂ ਉੱਤੇ ਪੁਲਿਸ ਮਾਮਲੇ ਦਰਜ ਕਰਵਾਏ ਸੀ, ਜਿਸ ਤੋਂ ਬਾਅਦ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਮਿਤੀ ਵੱਲੋਂ SP ਦਫ਼ਤਰ ਦੇ ਬਾਹਰ ਪੁਲਿਸ ਖਿਲਾਫ਼ ਧਰਨਾ ਲਾਇਆ ਗਿਆ। ਪ੍ਰਦਰਸ਼ਨਕਾਰੀਆਂ ਦੇ ਅਨੁਸਾਰ ਜਿਹੜੇ ਪਰਚੇ ਪੁਲਿਸ ਵੱਲੋਂ ਕੀਤੇ ਗਏ ਹਨ ਉਹ ਗਲਤ ਹਨ, ਇਸ ਦੇ ਲਈ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਪਿੰਡ ਹੱਡਾਵਾਲੀ ਜਿੱਥੇ ਪਖੰਡੀ ਦਲਜੀਤ ਸਿੰਘ ਦੇ ਨਾਂ 'ਤੇ ਇੱਕ ਬੜਾ ਵੱਡਾ ਪ੍ਰਪੰਚ ਰਚਿਆ ਸੀ, ਉੱਥੋਂ ਇਲਾਕੇ ਦੇ ਲੋਕਾਂ ਨਾਲ ਆਪਣੇ ਆਪ ਦੇ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਦਾ ਆਪਣੀ ਘਰਵਾਲੀ ਦੇ ਬੇਬੇ ਨਾਨਕੀ ਦਾ ਪਹਿਰਾ ਦੱਸ ਕਰਕੇ ਆਪਣੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਸੀ, ਨਿਸ਼ਾਨ ਸਾਹਿਬ ਲਾਇਆ ਸੀ,
लोग श्री गुरु ग्रंथ साहब के करके श्रद्धा के नाल जाते सन तो लोगों चंगी माया बटोरी सी लोगों ठगिया जो उन्होंने सत्कार कमेटी कार्रवाइया वेखिया कि पखंड है पखंडी है ये जिहड़े पैसे सानू वापस कराने वास्ते सत्कार कमेटी द्वारा पड़चोल की जो तो प्रशासन ना लैके उसे कार्रवाई करने वास्ते गए तो उतों श्री गुरु ग्रंथ साहब जी भी लिया गया निशान साहब भी उतारिया गया तो पुलिस को कोई जरा सोचो रलिया होया बनती कार्रवाई जी 400 जो ठगिया मारिया सन उत्ते की नहीं तो पुलिस ने उल्टी जी सिंह के उत्ते परचा दर्ज कर दिता गया तो लंबे समय तो असी जरा प्रशासन मंग पत्र देंदे आ रहे हैं कि सिंह उपर परचा जरा खारज किया जाए तो पखंडी से बनती कार्रवाई की जाए नहीं की जिदे कारण अज एस एस पी का दफ्तर जरा वो सिंह ने धरना ला के मेन गेट रोकया गया होर जथेबंदियां पुज रही ने असी अणमिथे के संबंध में जरा धरना जारी है जेकर अज अं कार्रवाई करवा के फिर उठना नहीं तो उठना नहीं आ वाहगुरु जी का खालसा वाहेगुरू जलंधर के एक निजी होटल में इंग्लैंड के NRI की शक्की हालतों में लाश मिलने का मामला सामने आया है। मृतक कुलदीप सिंह 26 जनवरी इस होटल के कमरा नंबर 202 ठहरिया। मृतक ने कल रात रोटी भी खाधी लेकिन जो अज होटल का स्टाफ कमरे की सफाई कर पहुंचा तो कमरे का दरवाजा ना खुलण से मास्टर की का इस्तेमाल किया गया। जदों स्टाफ ने वेख्या कि कुलदीप की लाश पी है तो उन्होंने पुलिस को सूचित कर दिया गया। पुलिस के अनुसार मौत के असल कारणों का पता कुलदीप दे पोस्टमार्टम दी रिपोर्ट तो बाद ही लग सकेगा। कल मुंडा रोटी देन आया उन्होंने तो कहते रोटी बाद खा लेंगे तू जा किन्ने आए 10:30 तो 10:45 मुंडा क्लियर कराया तो 11:30 थले तो उन्होंने सट लगी मत्थे ते फिर असं एंबूलेंस कॉल करती तो एंबूलेंस वाले आ गए उन्होंने तो उत्थे जाके उन्होंने खबर आई कि डैथ हो गई उन्होंने ਤੜਕੇ ਕਰੀਬ 4 ਵਜੇ ਸਿਵਲ ਹਸਪਤਾਲ ਜਲੰਧਰ ਤੋਂ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਕੁਲਦੀਪ ਸਿੰਘ NRI ਜਿਹਨਾਂ ਦੀ ਉਮਰ 70 ਤੋਂ 76 ਸਾਲ ਦੇ ਵਿੱਚ ਹੈਗੀ ਆ ਉਹਨਾਂ ਦੀ ਡੈੱਡ ਬੋਡੀ 108 ਐਂਬੂਲੈਂਸ ਪ੍ਰੈਜੀਡੈਂਟ ਹੋਟਲ ਨਿਊ ਕੋਰਟ ਦੇ ਸਾਹਮਣੇ ਤੋਂ ਲੈ ਕੇ ਹਸਪਤਾਲ ਆਈ ਸੀ ਰਾਤ ਅਤੇ ਮੌਕੇ 'ਤੇ 202 ਨੰਬਰ ਕਮਰਾ ਫਸਟ ਫਲੋਰ 'ਤੇ ਹੋਟਲ ਜਾ ਕੇ ਮੈਂ ਖੁਦ ਵੀ ਦੇਖਿਆ ਅਤੇ ਉਹਨਾਂ ਦੀ ਡੈੱਡ ਬੋਡੀ ਵੀ ਚੈੱਕ ਕੀਤੀ ਹੈਗੀ ਆ ਜਿਹੜਾ ਇਹ ਕੁਲਦੀਪ ਸਿੰਘ ਸਨ ਆਫ ਦੌਲਤ ਰਾਮ ਪਿੰਡ ਹਜ਼ਾਰੇ ਤੋਂ ਪੁਰਾਣੇ ਹੈਗੇ ਨੇ ਕਰੀਬ 1950 ਦੇ ਇੰਗਲੈਂਡ ਗਏ ਨੇ ਛੋਟੇ ਹੁੰਦੇ ਉੱਥੋਂ ਇਹ ਕਰੀਬ ਹੋਟਲ ਵਾਲਿਆਂ ਨੇ ਜੋ ਦੱਸਿਆ ਵੀ 7-8 ਸਾਲ ਤੋਂ ਲਗਾਤਾਰ 6 ਮਹੀਨਿਆਂ ਬਾਅਦ ਸਾਡੇ ਹੋਟਲ 'ਚ ਜਾਣ ਕੇ ਠਹਿਰਦੇ ਨੇ ਰਾਤ ਕਰੀਬ 10:30 ਉਹਨੇ ਹੋਟਲ ਦੇ ਹਾਊਸਕੀਪਿੰਗ ਦੇ ਲੜਕੇ ਵਿਜੇ ਡੋਗਰੇ ਨੂੰ ਕਿਹਾ ਵੀ ਮੈਨੂੰ ਖਾਣਾ ਲਿਆ ਕੇ ਦੇ ਦਿਓ ਉਹਨੇ 10:30 ਖਾਣਾ ਦਿੱਤਾ ਉਹਨੇ ਕਿਹਾ 20 ਮਿੰਟ ਬਾਅਦ ਮੇਰੀਆਂ ਪਲੇਟਾਂ ਲੈ ਜਾਓ ਜਦੋਂ 20 ਮਿੰਟ ਬਾਅਦ ਦੁਬਾਰਾ ਗਿਆ ਉਹ ਕਹਿੰਦਾ ਵੀ ਮੁੱਦਾ ਪਿਆ ਸੀਗਾ ਅਸੀਂ 108 ਐਂਬੂਲੈਂਸ ਨੂੰ ਕਾਲ ਕਰਕੇ ਹਸਪਤਾਲ ਲੈ ਕੇ ਗਏ ਹਸਪਤਾਲ ਨੇ ਕਿਹਾ ਵੀ ਇਹਦੀ ਮੌਤ ਹੋਈ ਹੈ ਅਤੇ ਉਹ ਜਦੋਂ ਡਿੱਗਿਆ ਕਿਤੇ ਅੰਦਰ ਉਹਦਾ ਇੱਥੇ ਮੱਥਾ ਚੇਅਰ 'ਚ ਵੱਜਾ ਇੱਥੇ ਉਹਦੇ ਨੀਲ ਦਾ ਨਿਸ਼ਾਨ ਪਿਆ ਹੈਗਾ ਉੱਦਾਂ ਹੀ ਉਹਦੀਆਂ ਫੋਟੋਆਂ ਵੀ ਮੌਕੇ 'ਤੇ ਖਿੱਚੀਆਂ ਗਈਆਂ ਸੀਗੀਆਂ ਰਾਤ ਅਤੇ ਉਹਨਾਂ ਦਾ ਲੜਕਾ ਹੈਗਾ ਬਲਜੀਤ ਸਿੰਘ ਜਿਹਦੇ ਨਾਲ ਗੱਲ ਹੋਈ ਬਾਹਰ ਇੰਗਲੈਂਡ 'ਚ ਉਹ ਬਾਹਰੋਂ ਆਊਗਾ ਅਸੀਂ ਜਿਹੜੀ ਡੈੱਡ ਬੋਡੀ ਜਿਹੜੀ ਰੱਬ ਲਿਖ ਕੇ ਠਾਣੇ ਜਿਹੜੀ ਸਿਵਲ ਹਸਪਤਾਲ ਉੱਥੇ ਮੋਰਚੀ ਵਿੱਚ ਰੱਖ ਦਿੱਤੀ ਹੈ ਜੀ ਉਹਨਾਂ ਦੇ ਬੇਟੇ ਨੇ ਆਣ ਕੇ ਜਦੋਂ ਆਊਗਾ ਜੀ ਅਤੇ ਅਸੀਂ ਮੌਕੇ 'ਤੇ ਆਪਣੀ FSL ਟੀਮ ਬੁਲਾ ਕੇ ਫਿੰਗਰਪ੍ਰਿੰਟ ਐਕਸਪਰਟ ਟੀਮ ਜਿਹੜੀ ਹੈਗੀ ਆ ਉਹ ਬੁਲਾ ਕੇ ਵੀ ਅਸੀਂ ਕਾਰਵਾਈ ਕੀਤੀ ਹੈਗੀ ਆ ਮੌਕੇ 'ਤੇ ਫੋਟੋਜ਼ ਵੀ ਲਈਆਂ ਜੋ ਉਹਦਾ ਸਮਾਨ ਆ ਕਰੀਬ 5-6 ਹਜ਼ਾਰ ਪਾਉਂਡ ਵੀ ਉਹਦਾ ਉੱਥੇ ਸੀਗਾ ਜਿਹੜਾ ਅਸੀਂ ਆਪਣੇ ਕਬਜ਼ੇ 'ਚ ਸਮਾਨ ਕੁਛ ਸੋਨੇ ਦੇ ਸੀਗੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ। ਵਾਤਾਵਰਨ ਦੇ ਹਿੱਤ ਦੇ ਚੱਲਦਿਆਂ ਪ੍ਰਦੂਸ਼ਣ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਆਟੋ ਚਾਲਕਾਂ ਨੂੰ CNG ਆਟੋ ਚਲਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ। ਉੱਥੇ ਹੀ ਦੂਸਰੇ ਪਾਸੇ ਜਲੰਧਰ ਦੇ ਆਟੋ ਚਾਲਕਾਂ ਨੂੰ ਗੈਸ ਸਮੇਂ ਸਿਰ ਨਾ ਮਿਲਣ ਦੇ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਠਾਨਕੋਟ ਰੋਡ ਸਥਿਤ CNG ਸਟੇਸ਼ਨ 'ਤੇ ਬੀਤੀ ਰਾਤ ਤੋਂ ਕਈ ਆਟੋ ਚਾਲਕ ਗੈਸ ਭਰਾਉਣ ਲਈ ਲਾਈਨ ਵਿੱਚ ਲੱਗੇ ਹੋਏ ਨੇ ਪਰ ਆਟੋ ਚਾਲਕਾਂ ਨੂੰ CNG ਗੈਸ ਉਪਲਬਧ ਨਹੀਂ ਹੋ ਪਾ ਰਹੀ। ਆਟੋ ਚਾਲਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਕਈ ਆਟੋ ਚਾਲਕ CNG ਗੈਸ ਲੈਣ ਲਈ ਲਾਈਨ ਵਿੱਚ ਲੱਗੇ ਹੋਏ ਸਨ ਪਰ ਉਹਨਾਂ ਨੂੰ ਆਟੋ ਲਈ ਗੈਸ ਨਹੀਂ ਮਿਲੀ ਜਿਸ ਕਾਰਨ ਉਹਨਾਂ ਦਾ ਰੋਜ਼ਗਾਰ ਠੱਪ ਹੋ ਰਿਹਾ ਹੈ। ਅੱਜ ਇਹ ਪ੍ਰੋਬਲਮ ਆ ਰਹੀ ਸਰ ਵੀ ਕੱਲ੍ਹ ਦੇ ਅਸੀਂ ਕੱਲ੍ਹ ਦੇ ਇਕੱਠੇ ਹੋਏ ਹੋਏ ਹਾਂ 12-1 ਵਜੇ ਦੇ ਕੱਲ੍ਹ ਦੇ ਸਾਨੂੰ ਦੱਸ ਰਹੇ ਸੀ ਵੀ ਰਾਤ ਨੂੰ 6-7 ਵਜੇ ਦੇ ਕਰੀਬ ਗੈਸ ਦਾ ਟੈਂਕਰ ਆ ਜਾਣਾ ਤੁਹਾਨੂੰ ਗੈਸ ਮਿਲ ਜਾਏਗੀ। ਜਿੰਨੇ ਵੀ ਬੰਦੇ ਹੈਗੇ ਸਾਰੇ ਕੱਲ੍ਹ ਦੇ ਇਕੱਠੇ ਹੋਏ ਆ ਮਤਲਬ 7 ਵਜੇ ਤੋਂ ਬਾਅਦ ਸਾਨੂੰ ਕਹਿੰਦੇ ਵੀ 10 ਵੱਜ ਜਾਣਗੇ ਫਿਰ 12 ਵਜੇ ਦਾ ਟਾਈਮ ਦਿੱਤਾ ਵੀ ਕਹਿੰਦੇ ਮਾਰਨਿੰਗ ਟਾਈਮ 'ਚ ਤੁਹਾਨੂੰ ਗੈਸ ਮਿਲ ਜਾਏਗੀ ਟੈਂਕਰ ਲੱਗਾ ਹੋਏਗਾ
छे बजे तुम आ जाओ, साढ़े पाँच पंप खुलता। ये सारे कोई तीन बजे आया हो, रात का कोई ढाई बजे आया हो, कोई पाँच बजे, कोई छे बजे, सारे वेट कर रहे हैं, टैंकर हले तक नहीं आया है। जिस तरह तुम दसिया कि कल दोपहर के खड़े हो, पूरी रात जिन्हें भी तुम 40 तो 50 जने इतने रुके हो? हाँ जी हाँ जी, कोई आ रहा जी, कोई जा रहा जी, गैस की वेट के असी रात के नंबर भी लगवाए थे, किसी का 5 नंबर आ, किसी का 8 नंबर, राती भी इन्होंने नंबर मंडे से। इसे तरह आ जाओ तुम, तो कोई ढाई बजे आया जी रात का, कोई 3 बजे का, कोई 5 बजे का, मॉर्निंग टाइम सारी वेटिंग तक ही जा रहे हैं। उत्थे ही दूजे पासे पेट्रोल पंप दे वर्कर अजय नाल जदों इस संबंधी गल कीती तां उन्हें दस्या कि रोजाना ही CNG गैस आटो चालकां नूं दित्ती जांदी है, पर गड्डी दे लेट होण कारण इस तरह की मुश्किल का सामना इस वारी उन्हां नूं करना पै रहा है। जल्द ही इस समस्या का हल हो जाएगा। सर रेगुलर मिलती पई गैस, तो गैस कल गड्डी गई थी परसों राती, तो कल वो लेट हुई है, रात लेट आई गड्डी सवेरे आज, तो उन्होंने 9:30 बजे गड्डी सारी गैस उन्होंने। बैंक तो लोन लैण समय जायदाद गिरवी रखण दे नाल ले चैकां नूं बैंक वलों कैश कराउण दे यतना दे बाद विच अदालत विच केस कर देण दे खिलाफ किसानां वलों चुनीर दे कोऑपरेटिव बैंक दा घिराओ करके धरना प्रदर्शन शुरू कर दिता गया। किसानां दा कहना कि जदों तक बैंक उन्हां नूं चैक वापस नहीं करदे उदों तक उन्हां दा इह संघर्ष जारी रहेगा। ਸਾਨੇ ਵਾਲੇ ਦੋ ਕਿਸਾਨ ਜਲੰਧਰ ਸਿੰਘ ਅਤੇ ਨਛੱਤਰ ਸਿੰਘ ਨੇ ਇਹ ਕੋਆਪਰੇਟਿਵ ਬੈਂਕ ਤੋਂ ਕਰਜ਼ਾ ਲਿਆ ਸੀ ਕੁਝ ਸਾਲ ਪਹਿਲਾਂ। ਕਰਜ਼ਾ ਲੈਣ ਵੇਲੇ ਜਿੱਥੇ ਇਹਨਾਂ ਦੀਆਂ ਜ਼ਮੀਨਾਂ ਦੀ ਰਜਿਸਟਰੀ ਨਾ ਕਰਵਾ ਲਈ ਬੈਂਕ ਨੇ, ਪਲੱਜ ਕੀਤੀ ਹੋਈ ਹੈ, ਉੱਥੇ ਕਿਸੇ ਹੋਰ ਬੈਂਕ ਦੇ ਵਿੱਚ ਖਾਤਾ ਖੁਲਵਾ ਕੇ ਚੈੱਕ ਬੁੱਕਾਂ ਲਈਆਂ, ਚੈੱਕਾਂ ਦੇ ਉੱਤੇ ਦਸਤਖਤ ਕਰਵਾ ਕੇ ਰੱਖੇ। ਹੁਣ ਜਦੋਂ ਕਿਸ਼ਤਾਂ ਨਾ ਭਰੀਆਂ ਗਈਆਂ ਤਾਂ ਉਹ ਚੈੱਕ ਹੈ ਜਿਹੜੇ ਬੈਂਕ ਦੇ ਵਿੱਚ ਲਾਏ ਗਏ, ਚੈੱਕ ਬਾਕਸ ਹੋਣ ਤੋਂ ਬਾਅਦ ਕੋਰਟ ਦੇ ਵਿੱਚ ਦੋਨਾਂ ਭਰਾਵਾਂ ਦੇ ਖਿਲਾਫ ਜਿਹੜਾ ਕੇਸ ਕੀਤਾ ਹੋਇਆ, ਜਿਹਦਾ ਫੈਸਲਾ ਕੱਲ੍ਹ ਨੂੰ ਹੋਣਾ ਹੈ। ਅਸੀਂ 18 ਤਰੀਕ ਨੂੰ ਇਸ ਬੈਂਕ ਅਧਿਕਾਰੀਆਂ ਦਾ ਘਿਰਾਓ ਕੀਤਾ ਸੀ, ਉਹਦੇ ਬਕਾਇਦਾ SHO ਝੰਡੀਰ ਦੀ ਹਾਜ਼ਰੀ ਦੇ ਵਿੱਚ ਬੈਂਕ ਅਧਿਕਾਰੀਆਂ ਨੇ ਸਾਨੂੰ ਭਰੋਸਾ ਦਿੱਤਾ ਸੀਗਾ ਕਿ ਜਿਹੜਾ ਕੇਸ ਲਾਇਆ ਹੋਇਆ ਕੋਰਟ 'ਚ ਉਹ ਅਸੀਂ ਵਾਪਸ ਲੈ ਲਾਂਗੇ। ਅਗਲੇ ਦਿਨ ਜਿਹੜੀ ਉਹ PC ਵਾਲੇ ਦਿਨ ਇਹਨਾਂ ਨੇ ਕੇਸ ਆ ਜਿਹੜਾ ਉਹ ਵਾਪਸ ਨਹੀਂ ਲਿਆ, ਕਿ ਜਿਹੜਾ ਕੱਲ੍ਹ ਫੇਰ ਜਿਹੜੀ PC ਹੈ, ਅਸੀਂ ਅੱਜ ਇੱਥੇ ਇਹਨਾਂ ਨੂੰ ਬੈਂਕ ਮੂਹਰੇ ਧਰਨਾ ਲਾਇਆ ਹੋਇਆ। ਸਾਡੀ ਮੰਗ ਹੈ ਕਿ ਜਿਹੜੇ ਚੈੱਕ ਤੁਸੀਂ ਲਾਇਆ ਹੈ, ਕੇਸ ਲਾਇਆ ਕੋਰਟ 'ਚ, ਉਹ ਵਾਪਸ ਲਓ। ਕਿਸਾਨਾਂ ਦੇ ਜਿਹੜੇ ਚੈੱਕ ਲਏ ਹੋਏ ਨੇ, ਉਹ ਚੈੱਕ ਜਿਹੜੇ ਕਿਸਾਨਾਂ ਨੂੰ ਵਾਪਸ ਕਰੋ। ਇਹ ਬਹੁਤ ਵੱਡਾ ਧੋਖਾ ਕਰ ਗਈਆਂ ਬੈਂਕਾਂ, ਜਦੋਂ ਕਿਸਾਨਾਂ ਨੂੰ ਕਰਜ਼ਾ ਦੇਣ ਵੇਲੇ ਉਹਨਾਂ ਦੀਆਂ ਜ਼ਮੀਨਾਂ ਪਲੱਜ ਕਰਵਾ ਲਈਆਂ, ਰਜਿਸਟਰੀਆਂ ਕਰਵਾ ਲਈਆਂ, ਫਿਰ ਚੈੱਕ ਲੈ ਕੇ ਉਹਨਾਂ 'ਤੇ ਕੇਸ ਕਰਨ ਦੀ ਕੀ ਤੁੱਕ ਬਣਦੀ ਹੈ? ਸਾਰੀਆਂ ਬੈਂਕਾਂ ਇਸ ਕਰਕੇ ਮਤਲਬ ਜਿਹੜੇ ਚੈੱਕ ਚੁੱਕ ਲੈ ਰਹੇ ਆ। ਸਾਡੀ ਅਪੀਲ ਹੈ ਪੰਜਾਬ ਸਰਕਾਰ ਨੂੰ, ਜਿਹੜੀ ਕਰਜ਼ਾ ਕੁਰਕੀ ਖਤਮ ਕਰਨ ਦੀ ਗੱਲ ਕਰਦੀ ਸੀ, ਅੱਜ ਉਸੇ ਕੈਪਟਨ ਅਮਰਿੰਦਰ ਦੇ ਰਾਜ ਦੇ ਵਿੱਚ ਇਹੋ ਜਿਹੇ ਬੈਂਕ ਅਧਿਕਾਰੀ, ਧੱਕੜ ਬੈਂਕ ਅਧਿਕਾਰੀ, ਜਿਹੜੇ ਬਿਨਾਂ ਵਜ੍ਹਾ ਕਿਸਾਨਾਂ ਨੂੰ ਜਿਹੜੇ ਚੈੱਕਾਂ ਦੇ ਜਿਹੜੇ ਕੇਸ ਕਰਕੇ ਜੇਲ੍ਹਾਂ ਦਾ ਰਸਤਾ ਦਿਖਾਉਣ ਜਾ ਰਹੇ ਆ, ਅਸੀਂ ਇਹਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕਰਾਂਗੇ। ਜਿੰਨਾ ਚਿਰ ਸਾਡਾ ਫੈਸਲਾ ਹੁੰਦਾ ਨਹੀਂ, ਹੱਲ ਨਹੀਂ ਹੁੰਦਾ, ਉਹਨਾਂ ਚਿਰ ਸਾਡਾ ਧਰਨਾ ਜਾਰੀ ਰਹੂਗਾ। ਨਵੰਬਰ 1984 ਵਿੱਚ ਸਿੱਖ ਵਿਰੋਧੀ ਦੰਗਿਆਂ ਬਾਰੇ ਰਾਜੀਵ ਗਾਂਧੀ ਉੱਤੇ ਜਗਦੀਸ਼ ਟਾਈਟਲ ਦੇ ਦਿੱਤੇ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਜਗਦੀਸ਼ ਟਾਈਟਲ ਦਾ ਪੁਤਲਾ ਮਾਨਸਾ ਵਿਖੇ ਫੂਕਿਆ ਗਿਆ। ਯੂਥ ਵਰਕਰਾਂ ਨੇ ਕਾਂਗਰਸ ਪਾਰਟੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰਾਜੀਵ ਗਾਂਧੀ ਨੂੰ ਦਿੱਤੇ ਗਏ ਭਾਰਤ ਰਤਨ ਸਨਮਾਨ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸਥਾਨਕ ਗੁਰਦੁਆਰਾ ਸਿੰਘ ਸਭਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਾਣਾ ਦੀ ਅਗਵਾਈ ਵਿੱਚ ਇਕੱਤਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਵਰਕਰਾਂ ਨੇ ਮੀਟਿੰਗ ਕਰਕੇ ਜਗਦੀਸ਼ ਟਾਈਟਲਰ ਵੱਲੋਂ ਨਵੰਬਰ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਸੰਬੰਧੀ ਰਾਜੀਵ ਗਾਂਧੀ ਬਾਰੇ ਦਿੱਤੇ ਬਿਆਨ ਦੀ ਨਿੰਦਾ ਕੀਤੀ ਅਤੇ ਬਾਅਦ ਵਿੱਚ ਕਾਂਗਰਸ ਅਤੇ ਟਾਈਟਲਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਜਗਦੀਸ਼ ਟਾਈਟਲਰ ਦਾ ਪੁਤਲਾ ਵੀ ਫੂਕਿਆ। 1 ਨਵੰਬਰ 1984 ਨੂੰ ਦੰਗੇ ਹੋਏ ਸੀ, ਉਹਦੇ ਟਾਈਟਲ ਨੇ ਨਿਊਜ਼ ਚੈਨਲ 'ਤੇ ਮੰਨ ਲਿਆ ਵੀ ਜਿਹੜੇ ਮੈਂ ਅਤੇ ਉਸ ਟਾਈਮ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਸੀਂ ਦਿੱਲੀ 'ਚ ਦੇਖ ਰਹੇ ਸੀ, ਉਹਨਾਂ ਨੇ ਦੇਖਣ ਦੀ ਬਜਾਏ ਜਿਹੜਾ ਸਰਵਾ ਕਰਦੇ ਸੀ, ਉਹ ਤਾਂ ਮਤਲਬ ਫੌਜ ਨੂੰ ਰੋਕਣ ਦੀ ਬਜਾਏ ਉਹਨਾਂ ਨੇ ਫੌਜ ਨੂੰ ਆਰਡਰ ਦਿੱਤਾ ਹੋਇਆ ਸੀ ਵੀ ਜਿਹੜਾ ਤੁਸੀਂ ਇਹਨਾਂ ਨੂੰ ਸਿੱਖਾਂ ਨੂੰ ਛੱਡਣਾ ਨਹੀਂ। ਇਸ ਕਰਕੇ ਅਸੀਂ ਅੱਜ ਜਿਹੜਾ ਇੱਥੇ ਜਗਦੀਸ਼ ਟਾਈਟਲ ਦਾ ਪੁਤਲਾ ਫੂਕਿਆ, ਅਸੀਂ ਇਹਨੂੰ ਕਾਂਗਰਸ ਸਰਕਾਰ ਨੂੰ ਅਤੇ ਰਾਜੀਵ ਗਾਂਧੀ ਪਰਿਵਾਰ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਮੰਨਿਆ। ਸਭ ਤੋਂ ਮਾੜੀ ਇਹ ਕਾਂਗਰਸ ਅਕਾਲੀ ਦਲ ਲਈ ਜਾਂ ਸਿੱਖਾਂ ਲਈ ਇਹ ਕਾਂਗਰਸ ਸਰਕਾਰ ਹੈ ਉਹ ਮਾੜੀ ਹੈ ਅਤੇ ਦੁਸ਼ਮਣ ਜਮਾਤ ਹੈ ਕਾਂਗਰਸ ਸਰਕਾਰ। ਦੇਸ਼ ਦੀ ਰਾਜਧਾਨੀ ਦੇ ਵਿੱਚ ਜੋ 84 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸਿੱਖ ਕੌਮ 'ਤੇ ਕਤਲੇਆਮ ਕੀਤਾ ਗਿਆ ਸੀ, ਉਸ ਨੂੰ ਕਬੂਲ ਕੀਤਾ ਖੁਦ ਜਗਦੀਸ਼ ਟਾਈਟਲ ਨੇ ਕਿ ਉਸ ਦਿਨ ਦੇ ਵਿੱਚ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉਸ ਦੀ ਕਾਰ ਦੇ ਵਿੱਚ ਸਵਾਰ ਹੋ ਕੇ ਇਹ ਸਾਰਾ ਕੁਝ ਕਤਲੇਆਮ ਨੂੰ ਅੱਖੀਂ ਵੇਖ ਰਿਹਾ ਸੀ। ਯੂਥ ਅਕਾਲੀ ਦਲ ਨੇ ਅੱਜ ਸੰਘਰਸ਼ ਕਰਕੇ ਟਾਈਟਲ ਦਾ ਪੁਤਲਾ ਫੂਕ ਕੇ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਆ ਕਿ ਬਿਨਾਂ ਦੇਰੀ ਤੋਂ ਟਾਈਟਲ ਵਰਗੇ ਮੁੱਖ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਭਾਰਤ ਰਤਨ ਦਾ ਜੋ ਅਵਾਰਡ ਦਿੱਤਾ ਗਿਆ ਉਹ ਵਾਪਸ ਲਿੱਤਾ ਜਾਵੇ ਅਤੇ ਰਾਜੀਵ ਗਾਂਧੀ 'ਤੇ FIR ਦਰਜ ਕੀਤੀ ਜਾਵੇ
ਇਹ ਦੇਸ਼ ਦੇ ਰਾਸ਼ਟਰਪਤੀ ਦਾ ਯੂਥ ਅਕਾਲੀ ਦਲ ਮੰਗ ਕਰਦਾ ਅਤੇ ਨਾਲ ਹੀ 30-35 ਸਾਲਾਂ ਤੋਂ ਜੋ ਸਿੱਖ ਕੌਮ ਸੰਘਰਸ਼ ਕਰਦੀ ਆ ਰਹੀ ਆ ਉਹ ਸੰਘਰਸ਼ ਨੂੰ ਵੀ ਬੁਰ ਪੈਂਦਾ ਨਜ਼ਰ ਆ ਰਿਹਾ ਅਤੇ ਸਾਨੂੰ ਉਮੀਦ ਹੈ ਜਲਦੀ ਹੀ ਇਹ ਲੋਕ ਜੋ ਦੋਸ਼ੀ ਨੇ ਇਹਨਾਂ ਨੂੰ ਸਜ਼ਾ ਮਿਲਣਗੀਆਂ। ਅੰਮ੍ਰਿਤਸਰ ਦਾ 14 ਸਾਲ ਦਾ ਨਿਖਿਲ ਇਹਨਾਂ ਦਿਨੀ ਕਾਫ਼ੀ ਚਰਚਾ ਵਿੱਚ ਹੈ। ਚਰਚਾ ਵਿੱਚ ਹੋਵੇ ਵੀ ਕਿਉਂ ਨਾ, ਨਿਖਿਲ ਦੀ ਜੇ ਮੰਨੀਏ ਤਾਂ ਨਿਖਿਲ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਸਭ ਕੁਝ ਵੇਖ ਸਕਦਾ ਹੈ, ਇਸ ਲਈ ਉਸਨੂੰ ਕੋਈ ਵੀ ਸਹਾਰੇ ਦੀ ਲੋੜ ਨਹੀਂ। ਜੀ ਹਾਂ, ਅਸੀਂ ਸਹੀ ਕਹਿ ਰਹੇ ਹਾਂ, ਨਿਖਿਲ ਸਭ ਦੇਖ ਸਕਦਾ ਹੈ। ਇਸ ਦੇ ਲਈ ਸਾਡੇ ਵੱਲੋਂ ਇੱਕ ਟੈਸਟ ਵੀ ਲਿਆ ਗਿਆ ਜਿਸ ਵਿੱਚ ਨਿਖਿਲ ਨੇ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਭੀੜ ਭਾੜ ਵਾਲੇ ਇਲਾਕੇ ਵਿੱਚ ਸਾਈਕਲ ਚਲਾਈ ਅਤੇ ਸਾਡੇ ਲਈ ਚਾਹ ਤੱਕ ਉਸਨੇ ਆਪਣੀ ਹੱਥੀ ਬਣਾਈ। ਉਸਨੂੰ ਦੇਖ ਕੇ ਐਵੇਂ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਕਿ ਉਸਨੂੰ ਨਹੀਂ ਦਿਖਦਾ। ਨਿਖਿਲ ਦਾ ਇਹ ਗੁਣ ਹੁਣ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੇ ਲਈ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਨਿਖਿਲ ਨੇ ਦੱਸਿਆ ਕਿ ਉਹ 10 ਸਾਲ ਦੀ ਉਮਰ ਵਿੱਚ ਹੀ ਅੱਖਾਂ ਬੰਦ ਕਰਕੇ ਵਸਤੂਆਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦਾ ਸੀ। ਫਿਰ ਉਸਨੇ ਮਾਡਲਿੰਗ ਗੁਰੂ ਦੇ ਕਹਿਣ ਉੱਤੇ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ। ਅੱਜ ਉਸਦਾ ਦਿਮਾਗ ਇਸ ਤਰ੍ਹਾਂ ਵਿਕਸਿਤ ਹੋ ਚੁੱਕਿਆ ਹੈ ਕਿ ਉਸਨੂੰ ਅੱਖਾਂ ਬੰਦ ਕਰਕੇ ਵੀ ਸਭ ਕੁਝ ਦਿਖਦਾ ਹੈ। 10 ਸਾਲ ਕਾ ਹੂੰ, ਮੇਰੇ ਮੰਮਾ ਦਾ ਨਾਮ ਸੀਮਾ ਮਹਾਜਨ ਔਰ ਪਾਪਾ ਦਾ ਨਾਮ ਅਸ਼ਵਨੀ ਕੁਮਾਰ ਔਰ ਦੀਦੀ ਦਾ ਨਾਮ ਤਾਨੀਆ ਮਹਾਜਨ ਔਰ ਮੈਂ ਅੱਜ ਮਿਲਨੇਟ ਕੀ ਟੈਕਨੀਕ ਕੇ ਬਾਰੇ ਮੈਂ ਬਤਾਨਾ ਚਾਹਤਾ ਹੂੰ ਕਿ ਜੋ ਮੈਨੇ ਏਕ ਸਾਲ ਸੇ ਪੂਰੇ ਸਿੱਖੀ ਹੈ। ਸਬਸੇ ਪਹਿਲੇ ਮੈਂ ਮਾਡਲਿੰਗ ਮੈਂ ਗਿਆ ਥਾ, ਇਸ ਚੀਜ਼ ਕੀ ਮਾਡਲਿੰਗ ਕਰਨੇ ਕੇ ਲੀਏ ਗਿਆ ਥਾ, ਪਰ ਮੈਂ ਨੈਕਸਟ ਸੰਡੇ ਉਸਕੇ ਨੈਕਸਟ ਬੈਚ ਕੇ ਲੀਏ ਮੈਨੇ ਗਿਆ ਤੋ ਮੁਝੇ ਇਸ ਚੀਜ਼ ਕਾ ਇੰਟਰਸਟ ਥੋੜ੍ਹਾ ਸਾ ਹੁਆ। ਫਿਰ ਜਬ ਉਹਨਾਂ ਨੇ ਮੇਰੇ ਟੈਸਟ ਰਿਜ਼ਲਟ ਲਿਆ ਤੋ ਟੈਸਟ ਮੈਂ ਮੇਰਾ ਅੱਛਾ ਆਇਆ ਤੋ ਮੈਂ ਫਿਰ ਇਸਕੇ ਲੀਏ ਇੰਟਰਸਟ ਔਰ ਬੜਤਾ ਗਿਆ ਔਰ ਮੈਂ ਇਸੇ ਸਿੱਖਦਾ ਗਿਆ। ਇਸੇ ਸਿੱਖਤੇ ਮੁਝੇ ਅਬ ਏਕ ਸਾਲ ਹੋ ਗਿਆ, ਜੋ ਲੋਕ ਆ ਕੇ ਖੋਲ ਕੇ ਕਰ ਸਕਤੇ ਹੈ ਵੋ ਮੈਂ ਅਬ ਬੰਦਾ ਕੋ ਸੇ ਕਰ ਸਕਤਾ ਹੂੰ। ਕਿਆ ਕਿਆ ਕਰ ਸਕਤੇ ਹੋ? ਮੈਂ ਅਭੀ ਸਾਈਕਲਿੰਗ ਕਰ ਸਕਤਾ ਹੂੰ, ਸਕੇਟਿੰਗ ਕਰ ਸਕਤਾ ਹੂੰ, ਸੁਈ ਮੈਂ ਧਾਗਾ ਡਾਲ ਸਕਤਾ ਹੂੰ ਔਰ ਮੈਂ ਡਰਾਇੰਗ ਕਰ ਸਕਤਾ ਹੂੰ। ਕਿਤਨੀ ਦੇਰ ਹੋ ਗਈ ਆਪਕੋ? ਮੁਝੇ 1 ਇਅਰ ਹੋਏ ਔਰ ਮੇਰਾ ਇੰਟਰਨੈਸ਼ਨਲ ਵਰਲਡ ਬੁੱਕ ਆਫ ਗਿਨੀਸ ਆਫ ਰਿਕਾਰਡ ਬਣ ਚੁੱਕਾ ਹੈ, ਜਿਸਮੇ ਮੈਨੇ ਲਾਰਜੈਸਟ ਬਲਾਇੰਗ ਹੋ ਸਕੇਟਿੰਗ ਕੀ ਥੀ ਲੋਹਾਰਕਾ ਰੋਡ ਪਰ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੁਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ, IPMT ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ, 10ਵੀਂ ਅਤੇ +2 ਤੋਂ ਬਾਅਦ OT, DMLT, ਐਕਸ-ਰੇ, ਆਪਥਲੈਮਿਕ ਅਸਿਸਟੈਂਟ, ECG, ਫਿਜ਼ੀਓਥੈਰੇਪੀ ਡਿਪਲੋਮੇ। ਇੱਥੇ ਕੰਪਿਊਟਰਾਈਜ਼ਡ ਲੈਬ, ਆਪਰੇਸ਼ਨ ਥੀਏਟਰ, ਐਕਸ-ਰੇ ਪਲਾਂਟ, ECG ਮਸ਼ੀਨ, ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ। ਹੋਸਟਲ ਵਿੱਚ ਖਾਣੇ ਦਾ ਖਾਸ ਪ੍ਰਬੰਧ। ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੇੜੇ ਸ਼ਿਵ ਮੰਦਿਰ, ਪਟਿਆਲਾ।